ਕੀ ਗੱਲ ਬਾਈ, ਅੱਜ ਬੜੀ ਸ਼ਾਂਤੀ ਘਰ ਵਿੱਚ। ਉਹ ਮਨਮੀਤ ਅੱਜ ਉਹ ਪੇਟੀਐਮ ਸੀਗੀ ਇਹਦੇ ਸਕੂਲ 'ਚ, ਅਤੇ ਕੀ ਇਹਦੀ ਕੋਈ ਹੈਗੀ ਰਿਪੋਰਟ ਰਿਪੋਰਟ ਕੁਛ? ਕੀ ਗੱਲ ਬਾਈ, ਹੁਣ ਕਿਹੜਾ ਕੰਮ ਕਰ ਆਇਆ? ਮੈਂ ਤਾਂ ਕੁਝ ਵੀ ਨਹੀਂ ਕੀਤਾ। ਫਿਰ ਤੇਰੀ ਮੰਮੀ ਕਿਉਂ ਸ਼ਾਂਤ ਬੈਠੀ ਹੈ, ਕਿਉਂ ਗੁੱਸੇ ਬੈਠੀ ਨਹੀਂ? ਪਾਪਾ ਮੇਰੇ ਤੋਂ ਨਾ ਛੋਟੀ ਜਿਹੀ ਗਲਤੀ ਹੋ ਗਈ। ਗਲਤੀ? ਹੁਣ ਕਿਹੜੀ ਗਲਤੀ ਕਰ ਆਇਆ? ਮੰਮੀ ਨੇ ਨਾ ਮੇਰੇ ਤੋਂ ਲਿਪਸਟਿਕ ਮੰਗੀ ਸੀ, ਮੈਂ ਉਹਦੀ ਜਗ੍ਹਾ ਤੇ ਫੇਵਿਸਟਿਕ ਦੇਤੀ। ਫੇਵਿਸਟਿਕ? ਬੜਾ ਬਦਤਮੀਜ਼ ਹੈਗਾ ਤੂੰ, ਤੇਰੇ ਮੈਂ ਨਾ ਰਾਖੇ ਚਪੇੜ ਮਾਰਨੀ ਹੈ, ਆ ਕੰਨ ਖਿੱਚਣੇ ਤੇਰੇ। ਜਿਉਂਦਾ ਰਹਿ ਪੁੱਤਰ, ਇਹੋ ਜਿਹਾ ਪੁੱਤਰ ਰੱਬ ਸਭ ਨੂੰ ਦੇਵੇ। ਬੇਟਾ ਤੈਨੂੰ ਇੱਕ ਗੱਲ ਦੱਸਾਂ, ਅੱਜ ਕੀ ਹਮੇਸ਼ਾ ਬੇਟਾ ਸੱਚ ਬੋਲਣਾ ਚਾਹੀਦਾ, ਝੂਠ ਕਦੇ ਨਹੀਂ ਬੋਲਣਾ ਚਾਹੀਦਾ, ਔਰ ਹਮੇਸ਼ਾ ਗਰੀਬਾਂ ਦੀ ਮਦਦ ਕਰੋ, ਇਨਸਾਨੀਅਤ ਦੀ ਮਦਦ ਕਰੋ, ਠੀਕ ਹੈ? ਔਰ ਖਾਸ ਤੌਰ 'ਤੇ ਇਸ ਚੀਜ਼ ਦਾ ਧਿਆਨ ਦੇਣਾ ਕਿ ਜਿਹੜੇ ਸਾਡੇ ਵੱਡੇ ਬਜ਼ੁਰਗ ਹੈਗੇ ਨਾ, ਉਹਨਾਂ ਦੀ ਸੇਵਾ ਵੀ ਕਰਨੀ ਹੈ, ਔਰ ਜਿੱਥੇ ਵੀ ਹੋ ਸਕੇ ਉਹਨਾਂ ਦੀ ਮਦਦ ਕਰੋ। ਤੇਰੀ ਲਾਈਫ 'ਚ ਬੇਟਾ ਕਦੀ ਹੋਇਆ ਇਸ ਤਰ੍ਹਾਂ ਦਾ? ਹਾਂਜੀ ਪਾਪਾ, ਇੱਕ ਵਾਰੀ ਹੋਇਆ ਸੀ। ਇੱਕ ਵਾਰੀ ਨਾ ਮੈਂ ਪਾਰਕ ਤੋਂ ਵਾਪਿਸ ਆ ਰਿਹਾ ਸੀ। ਅੱਛਾ। ਉਦੋਂ ਮੈਨੂੰ ਇੱਕ ਮਜ਼ਦੂਰ ਅੰਕਲ ਮਿਲੇ। ਅੱਛਾ ਅੱਛਾ। ਔਰ ਉਹਨਾਂ ਕੋਲ ਚੱਲਿਆ ਨਹੀਂ ਜਾ ਰਿਹਾ ਸੀ। ਅੱਛਾ ਅੱਛਾ। ਮੈਂ ਉਹਨਾਂ ਦੀ ਮਦਦ ਕਰਦੀ। ਵੈਰੀ ਗੁੱਡ ਵੈਰੀ ਗੁੱਡ, ਬੜਾ ਸੋਹਣਾ ਕੀਤਾ। ਆ ਬੇਟੇ ਫਿਰ ਉਹਨਾਂ ਦੀ ਕਿਵੇਂ ਮਦਦ ਕੀਤੀ ਤੂੰ? ਉਹ ਜਿਹੜਾ ਸਾਡਾ ਕੁੱਤਾ ਨਹੀਂ ਹੈ ਟੌਮੀ, ਹਾਂ ਹਾਂ ਹਾਂ, ਮੈਂ ਉਹਨੂੰ ਨਾ ਉਹ ਬਜ਼ੁਰਗ ਅੰਕਲ ਦੇ ਪਿੱਛੇ ਲਗਾਤਾ, ਔਰ ਉਹ ਸ਼ੂ ਕਰਕੇ ਪਾਸੇ ਪਾਸੇ ਆਪਣੇ ਘਰ ਪਹੁੰਚ ਗਈ। ਹੈਂ?